ਅਜਨਾਲਾ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਲੰਘੇ ਦਿਨ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਜਾ ਕੇ ਹਮਲਾ ਕੀਤਾ ਗਿਆ। ਇਸ ਦੌਰਾਨ ਜਿੱਥੇ ਇੱਕ ਗੱਡੀ ਅਤੇ ਸ਼ਟਰ ਦੀ ਭੰਨਤੋੜ ਕੀਤੀ ਗਈ, ਉੱਥੇ ਹੀ ਸ਼ਰੇਆਮ ਗੋਲੀਆਂ ਵੀ ਚਲਾਈਆਂ ਗਈਆਂ। ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੈਕਟਰੀ ਕੁਲਵਿੰਦਰ ਸਿੰਘ ਤੇੜਾ ਨੇ ਦੱਸਿਆ ਕਿ ਇਹ ਹਮਲਾ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। ਉਹਨਾਂ ਕਿਹਾ, ਮੈਂ ਡਿਊਟੀ ਤੋਂ ਗਿਆ ਸੀ ਤੇ ਮਗਰੋਂ ਮੈਨੂੰ ਪਤਾ ਲੱਗਾ ਵੀ ਮੇਰੀ ਘਰਵਾਲੀ ਨੇ ਗੱਲ ਸਹਿ ਗਿਆ। ਕੌਣ ਗੱਲ ਪਿਆ? ਇਹ ਲਖਵੀਰ ਸਿੰਘ ਦਾ ਮੁੰਡਾ ਬਲਜਿੰਦਰ ਸਿੰਘ, ਇਹ ਮੇਰਾ ਬੇਟਾ ਅਤੇ ਛੋਟਾ ਸੀ, 7 ਸਾਲ 10 ਸਾਲ ਦਾ ਬੇਟਾ, ਉਹ ਨਾਲ ਜਾਣ ਡਿਆ ਸੀ। ਆਹ ਬੇਟਾ ਜੀ ਨਾਲ ਇਹ ਜਾਣ ਡਿਆ ਸੀ ਉਹਦੇ ਨਾਲ, ਅਤੇ ਇਹਨਾਂ ਨੂੰ ਰਸਤੇ 'ਚ ਜਾਂਦਿਆਂ ਇਹਨਾਂ ਨੂੰ ਉਹਨੇ ਭੱਦੀ ਹਰਕਤ ਕੀਤੀ ਹੈ, ਅਤੇ ਨਾਲ ਉਹ ਮਤਲਬ ਇਹਨੇ ਉਹਨੂੰ ਚਪੇੜ ਮੁੜ ਕੇ ਇਹਨੇ ਆਖਿਆ ਵੀ ਤੂੰ ਇਹ ਕਰਨ ਲਿਆ, ਇਹਦੇ ਗੱਲ ਪੈ ਗਿਆ। ਮੁੜ ਕੇ ਸਾਡੇ ਮੁੰਡੇ ਦੋ ਆਏ ਬਾਹਰੋਂ, ਉੱਥੇ ਖਲੋਤੇ ਸੀ, ਉਹਨਾਂ ਨੇ ਵੇਖਿਆ ਵੀ ਇਹ ਕੀ ਕਰਨ ਡਿਆ, ਉਹਨੇ ਮੁੜ ਕੇ ਉਹਨਾਂ ਨੂੰ ਫਿਰ ਉਹਨੂੰ ਦੋ ਮਾਰਤੀਆਂ ਚਪੇੜਾਂ, ਅਤੇ ਇਹ ਮੁੜ ਕੇ ਸਾਰਾ ਟੱਬਰ ਆ ਕੇ ਸਾਡੀ ਇੱਥੇ ਆ ਕੇ ਗੋਲੀਆਂ ਚਲਾਈਆਂ, ਨਾਲੇ ਇਹਨਾਂ ਨੇ ਸ਼ੀਸ਼ੇ ਭੰਨੇ ਨੇ, ਨਾਲੇ ਸਾਡਾ ਸ਼ਟਰ ਭੰਨਿਆ, ਅਤੇ ਇਹਨਾਂ ਨੇ ਪੂਰਾ ਮਤਲਬ ਕਿ ਧਮਕੀਆਂ ਦਿੱਤੀਆਂ ਵੀ ਅਸੀਂ 5 ਜਣੇ ਮਾਰ ਦਿਆਂਗੇ, 10 ਜਣੇ ਮਾਰ ਦਿਆਂਗੇ, ਸਾਡੇ ਕੋਲ ਬੰਦੂਕਾਂ ਨੇ, ਹੁਣੇ ਹੀ ਉਹ ਕਰ ਦਿਆਂਗੇ, ਪੁਲਿਸ ਸਾਡੇ ਨਾਲ ਆ, ਪ੍ਰਸ਼ਾਸਨ ਸਾਡੇ ਨਾਲ ਆ। ਜਿਹੜੀ ਕੀ ਵਜ੍ਹਾ ਰੰਜਿਸ਼ ਕੀ ਹੈ ਤੁਹਾਡੀ ਜੀ? ਸਾਡੀ ਕੋਈ ਵਜ੍ਹਾ ਨਹੀਂ, ਮੈਂ ਇਕੱਲਾ ਹੀ ਜਾਣ ਡਿਆ ਸੀ ਇੱਕ ਦਿਨ, ਅਤੇ ਇਹਨਾਂ 5 ਜਣੇ ਮੇਰੇ ਇਲੈਕਸ਼ਨ ਦੇ ਦਿਨ 'ਚ 5 ਜਣੇ ਗੱਲ ਪਏ, ਮੈਂ ਤਾਂ ਕਿਸੇ ਦੇ ਘਰ ਗਿਆ ਸੀ, ਕੋਈ ਪ੍ਰੋਬਲਮ ਡੈਥ ਹੋ ਗਈ ਪਿੰਡ 'ਚ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ, ਮੈਂ 181 ਜਿਵੇਂ ਹਮਾਂ ਆਪਾਂ ਰਿਪੋਰਟ ਲਿਖਾਈ ਸੀ ਇਹਦੀ, ਪੁਲਿਸ ਨੇ ਰਫਾ ਦਫਾ ਕਰਕੇ ਤਾਂ ਬੰਦ ਕਰਤੀ। ਜੋ ਹਵਾਈ ਫਾਇਰਿੰਗ ਵੀ ਹੋਈ ਜੀ? ਹਾਂਜੀ, ਜੋ ਹਵਾਈ ਫਾਇਰਿੰਗ ਵਗੈਰਾ ਵੀ ਹੋਈ ਅੱਜ? ਅੱਜ ਉਹਨਾਂ ਨੇ ਕੀਤੇ ਨੇ ਜੀ, ਫਾਇਰ ਕੀਤੇ ਨੇ ਉਹਨਾਂ। ਕਿੰਨੇ ਫਾਇਰ ਕੀਤੇ ਉਹਨਾਂ? ਉਹਨਾਂ 4-5 ਫਾਇਰ ਕੀਤੇ ਨੇ। ਪੁਲਿਸ ਪਿੱਛੇ ਦੇ ਤੁਹਾਡੇ ਵੱਲ ਕੀਤੇ ਜਾਂ ਸਾਡੇ ਵੱਲ ਕੀਤੇ ਨੇ? ਪੁਲਿਸ ਆਈ ਸੀ, ਅਸੀਂ ਤਾਂ ਉੱਪਰ ਹਾਂ ਜੀ, ਅੰਦਰ ਵੜ ਗਏ। ਤੁਸੀਂ ਵੀ ਆਪਣੇ ਤੁਸੀਂ ਵੀ ਆਪਣੀ ਭਾਜੀ ਉਹ ਚਲੇ ਗਏ ਨੇ ਕਾਰਵਾਈ ਕਰਕੇ, ਫਿਰ ਪੁਲਿਸ ਆਈ। ਤੁਸੀਂ ਵੀ ਆਪਣੀ ਭਾਜੀ ਵਾਸਤੇ ਕੀਤੇ ਕੋਈ ਫਾਇਰ ਵਗੈਰਾ? ਹਾਂਜੀ, ਆਪਣੀ ਭਾਜੀ ਮੇਰੇ ਕੋਲ ਲਾਇਸੈਂਸ ਹੀ ਹੈਗਾ ਸੀ ਵੈਪਨ, ਮੈਂ 2 ਫਾਇਰ ਕੀਤੇ ਮੈਂ ਵੀ ਤਾਂ ਆਪਣੀ ਹਵਾਈ ਵਾਸਤੇ। ਕੀ ਕਾਰਵਾਈ ਕੀ ਚਾਹੁੰਦੇ ਜੀ? ਹਾਂਜੀ, ਅਸੀਂ ਕਾਰਵਾਈ ਚਾਹੁੰਦੇ ਹਾਂ ਵੀ ਇਹ ਇਹਨਾਂ ਨੇ ਗੁੰਡਾਗਰਦੀ ਪੂਰੀ ਮਚਾਈ ਹੈ ਪਿੰਡ 'ਚ, ਔਰ ਇਹ ਹਰ ਬੰਦੇ ਨਾਲ ਨਾਲੇ ਅਤੇ ਰੇਤ ਦੇ ਮਾਫੀਆ ਬਣੇ ਨੇ, ਨਾਲੇ ਬਣੇ ਨੇ, ਇਹ ਇੱਥੇ ਗੁੰਡਾਗਰਦੀ ਕਰਦੇ ਨੇ ਪਿੰਡ ਵਿੱਚ, ਕਿਸੇ ਬੰਦੇ ਨੂੰ ਕੋਈ ਨਹੀਂ ਜੀਣ ਦਿੰਦੇ, ਹਰ ਬੰਦੇ 'ਤੇ ਧਮਕੀਆਂ ਨਾਲ ਡਰਾ ਕੇ ਧਮਕਾ ਕੇ ਇਹਨਾਂ ਨੇ ਗੈਂਗ ਰੱਖੇ ਨੇ, ਅਤੇ ਜਿਹੜੇ ਬੰਦਿਆਂ ਨੂੰ ਫੋਨ ਕਰਦੇ ਨੇ ਉਸੇ ਵੇਲੇ ਜਿਹੜੇ ਮਰਜ਼ੀ ਗੱਲ ਪਾ। ਕੀ ਚਾਹੁੰਦੇ ਕੀ ਜੀ ਤੁਸੀਂ? ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਕਾਰਵਾਈ ਕਰਕੇ ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਔਰ ਇਹੋ ਜਿਹੇ ਬੰਦਿਆਂ ਨੂੰ ਮਤਲਬ ਕਿ ਜਿਹੜੀ ਪੁਲਿਸ ਆਪਣਾ ਘੱਟੇ ਕੌਡੀਆਂ ਪਾ ਕੇ ਅਤੇ ਛੱਡ ਦਿੰਦੀ ਹੈ, ਉਸ ਤੋਂ ਬਾਅਦ 'ਚ ਇਹ ਬੰਦੇ ਸਗੋਂ ਬਛਰਦੇ ਨੇ, ਹੁਣ ਵੀ ਇਹਨਾਂ ਤੋਂ ਸਾਨੂੰ ਪੂਰਾ ਪੂਰਾ ਖਤਰਾ, ਇਹ ਬੰਦੇ ਸਾਡੇ ਕਿਸੇ ਬੰਦੇ ਦਾ ਵੀ ਨੁਕਸਾਨ ਹੋ ਗਿਆ, ਜੇ ਕਿਸੇ ਦਾ ਵੀ ਨੁਕਸਾਨ ਹੋ ਗਿਆ ਬੱਚੇ ਦਾ ਸਾਡੇ ਬੰਦੇ ਦਾ, ਔਰ ਇਹ ਜ਼ਿੰਮੇਵਾਰ ਹੋਣਗੇ। ਕੋਈ ਸਿਆਸੀ ਸ਼ਹਿ ਵੀ ਪ੍ਰਾਪਤ ਇਹਨਾਂ ਨੂੰ? ਸਿਆਸੀ ਸ਼ਹਿ ਬਾਰੇ ਕੁਛ ਨਹੀਂ ਅਸੀਂ ਕਹਿ ਸਕਦੇ ਵੀ ਕਿਦੋਂ ਕਿਦੋਂ ਸ਼ਹਿ ਇਹ ਲੈਂਦੇ ਨੇ, ਇਹ ਪਰ ਬੜਕ ਬਹੁਤ ਜ਼ਿਆਦਾ ਮਾਰਦੇ ਨੇ ਵੀ ਸਾਨੂੰ ਕੋਈ ਨਹੀਂ ਫੜ ਸਕਦਾ। ਅਜਨਾਲਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ।